The Maan government, after coming into power, has given various effective decisions for the betterment of Punjab and the Punjabis. These decisions also include like regularizing the 35,000 of contractual employees, governmental employees, and after that, for stopping the corruption in the system. On 23rd of March, the Shahidi Divas of Sardar Bhagat Singh, Sukhdev and Rajguru, the Maan government also announced anti-corruption helpline. After that, now recently, the doorstep Rasan Seva, that also been proving helpful for the old ladies, those just cannot go to some spots for getting their rations or standing in long queues. And now the main problem of the middle class families was the education, or we can say the education in the private schools. The Maan government has announced that the private schools cannot force the parents or the children to buy the books or the uniforms from any one shop. Instead of this, now the parents can buy books or uniforms from any shop from where they want. The rising of the fees, or the hike of fees in this semester, according to the government, is totally prohibited, or the government has said that they cannot raise their fees in this semester. This decision would help the middle class families, or the families those are not financially backed. They can give their wards, their students or their child, a good education in the private schools. So now let's listen the views of, or the announcement by CM Bhagwant Mann. Sasikal ji, main tuhanu apna Bhagwant Mann. Vidya vichari ta par upkari, phaile vidya chanan hoye. Vidya manukh da tija nitra hai. ਇਹ ਅਸੀਂ ਬਹੁਤ ਵਾਰ ਲਿਖਿਆ ਹੋਇਆ ਪੜ੍ਹਿਆ, ਕੰਧਾਂ 'ਤੇ ਵੀ ਲਿਖਿਆ ਹੋਇਆ ਪੜ੍ਹਿਆ, ਕਿਤਾਬਾਂ 'ਤੇ ਵੀ ਲਿਖਿਆ ਹੋਇਆ ਪੜ੍ਹਿਆ, ਨਾਰੇ ਵੀ ਇਸ ਤਰ੍ਹਾਂ ਦੇ ਸੁਣੇ ਨੇ। ਪਰ ਜਿਹੜੀ ਪੰਜਾਬ ਦੇ ਵਿੱਚ ਵਿੱਦਿਆ ਹੈ, ਐਜੂਕੇਸ਼ਨ ਹੈ, ਸਿੱਖਿਆ ਹੈ, ਉਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਹੈ। ਉਹ ਇੰਨੀ ਮਹਿੰਗੀ ਹੋ ਗਈ ਕਿ ਆਮ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣਾ ਚਾਹੁੰਦੇ ਨੇ, ਪਰ ਉਹਨਾਂ ਦੀ ਜੇਬ ਇਜਾਜ਼ਤ ਨਹੀਂ ਦਿੰਦੀ। ਮਜਬੂਰਨ ਉਹਨਾਂ ਨੂੰ ਜਾਂ ਤਾਂ ਬੱਚੇ ਸਕੂਲਾਂ 'ਚੋਂ ਹਟਾਉਣੇ ਪੈ ਰਹੇ ਨੇ, ਕੰਮ 'ਤੇ ਲਾਉਣੇ ਪੈ ਰਹੇ ਨੇ, ਜਾਂ ਫਿਰ ਉਹ ਐਜੂਕੇਸ਼ਨ ਜਿਹੜੀ ਅੱਗੇ ਕਿਤੇ ਜਾ ਕੇ ਕੰਮ ਨਹੀਂ ਆਉਂਦੀ ਉਹ ਉਹਨਾਂ ਨੂੰ ਦਵਾਉਣੀ ਪੈ ਰਹੀ ਹੈ। ਅੱਜ ਮੈਂ ਐਜੂਕੇਸ਼ਨ ਨਾਲ ਰਿਲੇਟਡ, ਸਿੱਖਿਆ ਨਾਲ ਸੰਬੰਧਿਤ ਦੋ ਵੱਡੇ ਫੈਸਲੇ ਜੋ ਪੰਜਾਬ ਸਰਕਾਰ ਨੇ ਕੀਤੇ ਨੇ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ। ਪ੍ਰਾਈਵੇਟ ਸਕੂਲ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਰੰਤ ਪ੍ਰਭਾਵ 'ਤੇ ਅੱਜ ਤੋਂ ਆਦੇਸ਼ ਚਲੇ ਜਾਣਗੇ ਕਿ ਉਹ ਇਸ ਸਮੈਸਟਰ ਦੇ ਵਿੱਚ ਇੱਕ ਵੀ ਰੁਪਈਆ ਫੀਸ ਨਹੀਂ ਵਧਾਉਣਗੇ। ਫੀਸ ਦੀ ਜਿਹੜੀ ਪੋਲਿਸੀ ਹੈ, ਵਧਾਉਣ ਦੀ ਪੋਲਿਸੀ ਹੈ, ਉਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰੀ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ, ਡਿਟੇਲ ਦੇਵਾਂਗੇ। ਸੋ ਪਹਿਲਾ ਫੈਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਇਸ ਸਮੈਸਟਰ ਦੇ ਵਿੱਚ ਐਡਮਿਸ਼ਨਾਂ ਹੋਣਗੀਆਂ ਜਿਹੜੀਆਂ ਉਹਦੇ ਵਿੱਚ ਇੱਕ ਵੀ ਰੁਪਈਆ ਫੀਸ ਨਹੀਂ ਵਧਾ ਸਕੇਗਾ। ਅਤੇ ਉਹਦੀ ਜਿਹੜੀ ਪੋਲਿਸੀ ਹੈ ਉਹ ਸਾਰੀ ਮਾਪਿਆਂ ਨਾਲ, ਸਕੂਲਾਂ ਦੇ ਪ੍ਰਿੰਸੀਪਲਸ ਨਾਲ ਜਾਂ ਉਹਨਾਂ ਦੇ ਮਾਲਕਾਂ ਨਾਲ ਬੈਠ ਕੇ ਡਿਸਕਸ ਹੋਊਗੀ। ਨੰਬਰ 2 'ਤੇ ਕੋਈ ਵੀ ਸਕੂਲ ਪ੍ਰਾਈਵੇਟ ਜਿਹੜਾ ਉਹ ਕਿਸੇ ਖਾਸ ਦੁਕਾਨ ਦਾ ਐਡਰੈਸ ਨਹੀਂ ਦੇਵੇਗਾ ਕਿ ਐਸੇ ਦੁਕਾਨ ਤੋਂ ਕਿਤਾਬਾਂ ਖਰੀਦਣੀਆਂ ਨੇ ਜਾਂ ਵਰਦੀਆਂ ਖਰੀਦਣੀਆਂ ਨੇ। ਘੱਟੋ ਘੱਟ ਉਸ ਇਲਾਕੇ ਦੀਆਂ ਸਾਰੀਆਂ ਕਿਤਾਬਾਂ ਦੀਆਂ ਦੁਕਾਨਾਂ, ਡਿਪੈਂਡਸ ਕਿ ਉਸ ਪਾਪੂਲੇਸ਼ਨ ਕਿੰਨੀ ਹੈ ਉਸ
ਹਲਕੇ ਦੀ ਉਸ ਇਲਾਕੇ ਦੀ ਆਬਾਦੀ ਕਿੰਨੀ ਹੈ। ਜੇ ਪੰਜ ਦੁਕਾਨਾਂ ਨੇ ਤਾਂ ਪੰਜਾਂ ਦੇ ਐਡਰੈਸ ਦੇਣੇ ਪੈਣਗੇ, 10 ਨੇ, 20 ਨੇ, 25 ਨੇ, 30 ਨੇ। ਇਹ ਮਾਪਿਆਂ 'ਤੇ ਨਿਰਭਰ ਹੈ ਕਿ ਉਹਨਾਂ ਨੂੰ ਜਿੱਥੋਂ ਵੀ ਸਹੀ ਲੱਗਦਾ ਉੱਥੋਂ ਉਹ ਖਰੀਦ ਲੈਣ, ਅਤੇ ਉਸ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੂੰ ਆਪਣੀਆਂ ਕਿਤਾਬਾਂ ਸਿਲੇਬਸ ਦੀਆਂ ਅਤੇ ਵਰਦੀਆਂ ਉਹ ਹਰੇਕ ਦੁਕਾਨ ਨੂੰ ਉਪਲਬਧ ਕਰਾਉਣੀਆਂ ਪੈਣਗੀਆਂ। ਇਹਦੇ ਬਾਰੇ ਵੀ ਪੋਲਿਸੀ ਜਿਹੜੀ ਹੈ ਉਹ ਬਾਅਦ 'ਚ ਆਜੂਗੀ, ਪਰ ਆਹ ਜੋ ਦੋ ਆਦੇਸ਼ ਨੇ ਇਹ ਤੁਰੰਤ ਪ੍ਰਭਾਵ 'ਤੇ ਲਾਗੂ ਹੋਣਗੇ। ਮੈਂ ਫਿਰ ਦੱਸ ਦਿੰਦਾ, ਪ੍ਰਾਈਵੇਟ ਸਕੂਲ ਜਿੰਨੇ ਵੀ ਨੇ ਪੰਜਾਬ 'ਚ ਉਹ ਇਸ ਵਾਰ ਇਸ ਸਮੈਸਟਰ ਦੇ ਵਿੱਚ 1 ਵੀ ਰੁਪਈਆ ਫੀਸ ਨਹੀਂ ਵਧਾ ਸਕਦੇ, ਅਤੇ ਉਹ ਕਿਸੇ ਵੀ ਮਾਪਿਆਂ ਨੂੰ ਇਹ ਮਜਬੂਰ ਨਹੀਂ ਕਰ ਸਕਦੇ ਕਿ ਐਸੇ ਦੁਕਾਨ ਤੋਂ ਵਰਦੀਆਂ ਖਰੀਦੋ ਜਾਂ ਐਸੇ ਦੁਕਾਨ ਤੋਂ ਕਿਤਾਬਾਂ ਮਿਲਣਗੀਆਂ। ਇਹਦੇ ਬਾਰੇ ਡਿਟੇਲਡ ਪੋਲਿਸੀ, ਐਜੂਕੇਸ਼ਨ ਪੋਲਿਸੀ ਬੜੀ ਜਲਦੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਊਗੀ। ਸੋ ਇਸ ਕਰਕੇ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ, ਅਤੇ ਤੀਜੇ ਨੇਤਰ ਨੂੰ ਖੋਲ੍ਹਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਹੈ, ਤੁਹਾਡੇ ਸਹਿਯੋਗ ਅਤੇ ਤੁਹਾਡੇ ਸਮਰਥਨ ਦੀ ਲੋੜ ਹੈ। ਇਨਕਲਾਬ ਜ਼ਿੰਦਾਬਾਦ।